ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ, ਪਰ ਕੁਝ ਡਾਕਟਰਾਂ ਦੀ ਅਣਗਹਿਲੀ ਕਾਰਨ ਕਈ ਵਾਰ ਮਰੀਜ਼ ਮੌਤ ਦੀ ਨੀਂਦ ਵੀ ਸੌਂ ਜਾਂਦਾ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਤਰਨਤਾਰਨ ਰੋਡ ਉੱਤੇ ਸਥਿਤ ਰਣਜੀਤ ਹਸਪਤਾਲ ਦੇ ਵਿੱਚ 30 ਸਾਲਾ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਨੌਜਵਾਨ ਦੇ ਪਿੱਤੇ ਵਿੱਚ ਪੱਥਰੀ ਦਾ ਦਰਦ ਹੋਣ ਕਾਰਨ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਅਤੇ ਡਾਕਟਰਾਂ ਵੱਲੋਂ ਓਪਰੇਸ਼ਨ ਕਰਨ ਤੋਂ ਬਾਅਦ ਨੌਜਵਾਨ ਦੀ ਮੌਤ ਹੋਈ ਹੈ ਅਤੇ ਡਾਕਟਰਾਂ ਵੱਲੋਂ ਓਪਰੇਸ਼ਨ ਕਰਨ ਤੋਂ ਬਾਅਦ ਜਦੋਂ ਨੌਜਵਾਨ ਦੇ ਟੀਕਾ ਲਾਇਆ ਗਿਆ ਤਾਂ ਉਸਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਹਸਪਤਾਲ ਦੇ ਗੇਟ ਦੇ ਬਾਹਰ ਇਕੱਠੇ ਹੋ ਕੇ ਧਰਨਾ ਲਾ ਕੇ ਡਾਕਟਰਾਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਜਾਂਚ ਦੀ ਮੰਗ ਕੀਤੀ ਗਈ। ਆ ਜਿਹੜੀ ਉਹਦੀ ਡੈਥ ਹੈ ਉਹ ਪੈ ਗਈ ਪੱਥਰੀ ਜੀ, ਉਹਦੇ ਕਰਕੇ ਉਹਦੇ ਦਰਦ ਹੋਈ, ਉਹ ਕੱਲ੍ਹ ਇੱਥੇ ਲੈ ਕੇ ਆਏ ਆ। ਇਹਨਾਂ ਡਾਕਟਰਾਂ ਨੇ ਉਹਨੂੰ ਗਲਤ ਟੀਕਾ ਲਾ ਦਿੱਤਾ ਜਿਹਦੇ ਕਰਕੇ ਉਹਦੀ ਔਲਾਦ ਨੂੰ ਮੌਤ ਹੋ ਗਈ ਹੈ। ਠੀਕ ਹੈ ਜੀ, ਇਹਨਾਂ ਦਾ ਕਸੂਰ ਆ, ਇਹਨਾਂ ਨੂੰ ਅਸੀਂ ਬਖਸ਼ਣਾ ਨਹੀਂ ਹੈਗਾ। ਨਹੀਂ, ਕਦੀ ਅੱਜ ਤੱਕ ਮਰਿਆ ਨਹੀਂ। ਉਹਦੀ ਦਵਾਈ ਹੁੰਦੀ ਆ ਜਿਹੜੀ ਕਿ ਮਤਲਬ ਕਿ 2-4 ਪੂੜੀਆਂ ਹੁੰਦੀਆਂ, ਉਹ ਖਾ ਕੇ ਵੀ ਆਰਾਮ ਆ ਜਾਂਦਾ। ਜਿਹੜੀ ਮਤਲਬ ਕਿ ਪਿੱਤੇ ਦੇ ਵਿੱਚ ਜਾਂ ਕਿਤੇ ਵੀ ਉਹਦਾ ਓਪਰੇਸ਼ਨ ਹੁੰਦਾ। ਨਹੀਂ, ਡਾਕਟਰ ਦੱਸਦੇ ਨਹੀਂ, ਕਲੀਅਰ ਨਹੀਂ ਕਰ ਰਹੇ ਜੀ। ਉਹ ਅਗਰ ਲਾਪਰਵਾਹੀ ਨਾਲ ਡੈਥ ਹੋਈ ਹੁੰਦੀ ਤੇ ਔਨ ਟੇਬਲ ਡੈਥ ਹੋਣੀ ਚਾਹੀਦੀ ਸੀ, ਓਪਰੇਸ਼ਨ ਟਾਈਮ ਡੈਥ ਹੋਣੀ ਚਾਹੀਦੀ ਸੀ, ਨਾ ਕਿ 6 ਘੰਟੇ ਬਾਅਦ ਡੈਥ ਹੋਣੀ ਚਾਹੀਦੀ ਸੀ। ਬਿਲਕੁਲ, ਇਹਨਾਂ ਤੇ ਕਹਿੰਦੀ ਕਿ ਪੋਸਟਮਾਰਟਮ ਕਰਵਾਓ, ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ, ਕਲੀਅਰ ਹੋ ਜਾਏਗੀ ਹਰੇਕ। ਕੌਣ ਸਿੰਘ ਨਾਂ ਦਾ ਵਿਅਕਤੀ ਸੀ, ਉਹ ਇਸ ਰਣਜੀਤ ਹਸਪਤਾਲ 'ਚ ਦਾਖਲ ਹੋਇਆ ਸੀ ਆ ਕੇ, ਉਹਦੇ ਪਿੱਤੇ 'ਚ ਪੱਥਰੀ ਸੀਗੀ। ਓਪਰੇਸ਼ਨ ਤੋਂ ਬਾਅਦ ਉਦੋਂ ਕੋਈ ਪਰਿਵਾਰ ਵਾਲਿਆਂ ਦੱਸਿਆ ਵੀ ਉਹਨੂੰ ਕੋਈ ਟੀਕਾ ਗਲਤ ਲੱਗ ਗਿਆ ਵਾ, ਜਿਸ ਤਰ੍ਹਾਂ ਉਹਦੀ ਮੌਤ ਹੋ ਗਈ ਆ। ਉਹਦੇ ਰੋਸ ਵਜੋਂ ਇਹ ਪਰਿਵਾਰ ਵਾਲੇ ਇੱਥੇ ਹਸਪਤਾਲ ਦੇ ਬਾਹਰ ਖੜ੍ਹੇ ਆ, ਜਿਨ੍ਹਾਂ ਨੂੰ ਆ ਕੇ ਅਸੀਂ ਲਾਸ਼ ਨੂੰ ਸਿਰੇ ਪੋਸਟਮਾਰਟਮ ਲਈ ਭੇਜ ਦਿੱਤਾ ਵਾ। ਪੋਸਟਮਾਰਟਮ ਜਿਹੜੀ ਰਿਪੋਰਟ ਹੋਏਗੀ 174 ਦੀ ਕਾਰਵਾਈ ਕਰਕੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪਰਿਵਾਰ ਵਾਲਿਆਂ ਦਾ। ਸਰ, ਕੋਈ ਅਰੈਸਟ ਨਹੀਂ ਕੀਤਾ, ਛੱਡਿਆ ਨਹੀਂ ਕੀਤਾ, ਉਹਨੂੰ ਬੁਲਾਇਆ ਸੀ ਪੁੱਛਗਿੱਛ ਵਾਸਤੇ, ਅਰੈਸਟ ਨਹੀਂ ਕੀਤਾ। ਅਰੈਸਟ ਪਰਚੇ ਤੋਂ ਬਾਅਦ ਹੁੰਦਾ ਵਾ।